डेरा सच्चा सौदा के फॉलोअर प्रदीप कुमार का सवेरे कोटकपुरा के गोलियां मार के कतल कर दिया गया तो पोस्टमार्टम जिहड़ा प्रदीप कुमार का हो चुका है तो जो पार्थिव शरीर है प्रदीप कुमार का वो नाम चर्चा कर कोटकपुरा के जो है उत्थे लियाया गया है तो परिवारिक मैंबर जिहड़े ने जिहड़े गमजदा परिवारिक मैंबर ने वो इत्थे पहुंचे ने तो कल जिहड़ा है इसका अंतिम संस्कार जिहड़ा है किया जाएगा। प्रदीप कुमार जो जिसका कतल जिहड़ा है सवेरे प्रदीप कुमार अपनी दुकान खोलन वास्ते जा रहा सीगा डेयरी ते करियाना स्टोर दी जिहड़ी दुकान है कोटकपुरा दे विच तकरीबन 7:30 बजे दे करीब ते उतों गोलियां मार के जिहड़ा 5 हमलावर आए सन 2 मोटरसाइकिलां ते ਤੇ ਉਹਨਾਂ ਨੇ ਤਾਬੜਤੋੜ ਗੋਲੀਆਂ ਚਲਾ ਕੇ ਪ੍ਰਦੀਪ ਕੁਮਾਰ ਦਾ ਕਤਲ ਕਰ ਦਿੱਤਾ ਸੀ ਤੇ ਹੁਣ ਸਰੀਰ ਨੂੰ ਜਿਹੜਾ ਇੱਥੇ ਲੈ ਕੇ ਆਏ ਨੇ ਪਰਿਵਾਰਿਕ ਮੈਂਬਰ ਜਿਹੜੇ ਨੇ ਜੋ ਗਮਗੀਨ ਨੇ ਤੇ ਕੱਲ ਜਿਹੜਾ ਹੈ ਅੰਤਿਮ ਸੰਸਕਾਰ ਜਿਹੜਾ ਹੈ ਉਹ ਕੀਤਾ ਜਾਏਗਾ ਪ੍ਰਦੀਪ ਕੁਮਾਰ ਦਾ ਤੇ ਪ੍ਰਦੀਪ ਕੁਮਾਰ ਜੋ 2015 ਦਾ ਜਿਹੜਾ ਬੇਅਦਬੀ ਮਾਮਲਾ ਸੀਗਾ ਉਸ ਦੇ ਵਿੱਚ ਉਸ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਜ਼ਮਾਨਤ ਤੇ ਜਿਹੜਾ ਹੈ ਉਹ ਬਾਹਰ ਆਇਆ ਸੀ ਤੇ ਉਸਨੂੰ ਜਿਹੜਾ ਹੈ ਉਸਦਾ ਕਤਲ ਜਿਹੜਾ ਹੈ ਅੱਜ ਸਵੇਰੇ ਜਦੋਂ ਦੁਕਾਨ 'ਤੇ ਆਪਣੇ ਇੱਕ ਸਿਕਿਉਰਿਟੀ ਗਾਰਡ ਦੇ ਨਾਲ ਜਿਹੜਾ ਗਿਆ ਸੀ ਦੁਕਾਨ ਖੋਲ੍ਹਣ ਵਾਸਤੇ ਅਤੇ ਉੱਥੇ ਪ੍ਰਦੀਪ ਕੁਮਾਰ ਦੀ ਗੋਲੀਆਂ ਮਾਰ ਕੇ ਜਿਹੜਾ ਹੱਤਿਆ ਕਰ ਦਿੱਤੀ ਗਈ ਅਤੇ ਬਾਡੀਗਾਰਡ ਜਿਹੜਾ ਸਿਕਿਉਰਿਟੀ ਗਾਰਡ ਜਿਹੜਾ ਹੈ ਉਸਨੂੰ ਵੀ ਜਿਹੜੀਆਂ ਗੋਲੀਆਂ ਲੱਗੀਆਂ ਨੇ ਇੰਜਰਡ ਹੋਇਆ ਉਸ ਹਮਲੇ ਦੇ ਵਿੱਚ ਅਤੇ ਇੱਕ ਹੋਰ ਸ਼ਖਸ ਜਿਹੜਾ ਹੈ ਜੋ ਨਾਲ ਦੀ ਦੁਕਾਨ 'ਤੇ ਜਿਹੜਾ ਬਾਹਰ ਖੜ੍ਹਾ ਅਖਬਾਰ ਪੜ੍ਹ ਰਿਹਾ ਸੀ ਉਸਨੂੰ ਵੀ ਗੋਲੀਆਂ ਲੱਗੀਆਂ ਅਤੇ ਜਿਹੜਾ ਹਮਲਾ ਸੀਗਾ ਉਸਦਾ ਅਸੀਂ ਅੰਦਾਜ਼ਾ ਲਗਾ ਸਕਦੇ ਨੇ ਕਿ ਕਿਸ ਤਰੀਕੇ ਨਾਲ ਹਮਲਾ ਕੀਤਾ ਹੈ ਕਿ ਜਿਹੜੇ ਨਾਲ ਦੀਆਂ ਦੁਕਾਨਾਂ ਸੀਗੀਆਂ ਉਹਨਾਂ ਨੂੰ ਵੀ ਜਿਹੜਾ ਹੈ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਅਤੇ ਦਹਿਸ਼ਤ ਜਿਹੜਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹਮਲਾਵਰਾਂ ਵੱਲੋਂ ਅਤੇ 5 ਹਮਲਾਵਰ ਜਿਹੜੇ ਸੀਗੇ ਉਹ 2 ਮੋਟਰਸਾਈਕਲਾਂ 'ਤੇ ਆਏ ਸਨ ਅਤੇ ਇੱਕ ਮੋਟਰਸਾਈਕਲ ਉੱਥੇ ਹੀ ਉਹ ਛੱਡ ਕੇ ਚਲੇ ਗਏ ਅਤੇ ਫਿਲਹਾਲ ਪੁਲਿਸ ਇਸ ਸਾਰੇ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਹਾਲਾਂਕਿ ਗੋਲਡੀ ਬਰਾੜ ਜੋ ਕੈਨੇਡਾ ਬੈਠਾ ਗੈਂਗਸਟਰ ਹੈ ਉਸਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਕਿ ਮੇਰੇ ਗੈਂਗ ਮੈਂਬਰਸ ਨੇ ਜਿਹੜਾ ਲਾਰੈਂਸ ਬਿਸ਼ਨੋਈ ਦੇ ਗੈਂਗ ਮੈਂਬਰਸ ਨੇ ਉਹਨਾਂ ਵੱਲੋਂ ਉਹਨਾਂ ਨੇ ਇਹ ਮਰਡਰ ਕੀਤਾ ਹੈ ਅਤੇ ਬੇਅਦਬੀ ਮਾਮਲੇ ਦਾ ਜ਼ਿਕਰ ਉਸਨੇ ਕੀਤਾ ਹੈ ਉਸ ਪੋਸਟ ਦੇ ਵਿੱਚ ਗੋਲਡੀ ਬਰਾੜ ਨੇ ਕਿ ਬੇਅਦਬੀ ਦੀਆਂ ਜਿਹੜੀਆਂ ਘਟਨਾਵਾਂ ਸੀਗੀਆਂ ਉਹਨਾਂ ਦਾ ਬਦਲਾ ਲੈਣ ਵਾਸਤੇ ਇਹ ਜਿਹੜਾ ਕਤਲ ਕੀਤਾ ਗਿਆ ਹੈ ਅਤੇ ਫਿਲਹਾਲ ਪ੍ਰਦੀਪ ਕੁਮਾਰ ਜੋ 2015 ਦੇ ਬੇਅਦਬੀ ਮਾਮਲੇ ਦੇ ਵਿੱਚ ਨਾਮਜ਼ਦ ਸੀ ਉਸਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਸਰੀਰ ਜਿਹੜਾ ਹੈ ਪ੍ਰਦੀਪ ਕੁਮਾਰ ਦਾ ਉਸਨੂੰ ਕੋਟਕਪੁਰਾ ਦੇ ਹੀ ਨਾਮ ਚਰਚਾ ਘਰ ਦੇ ਵਿੱਚ ਲੈ ਕੇ ਆਏ ਨੇ ਪੋਸਟਮਾਰਟਮ ਤੋਂ ਬਾਅਦ ਅਤੇ ਕੱਲ੍ਹ ਅੰਤਿਮ ਸੰਸਕਾਰ ਜਿਹੜਾ ਹੈ ਉਹ ਪ੍ਰਦੀਪ ਕੁਮਾਰ ਦਾ ਕੀਤਾ ਜਾਏਗਾ। ਹਾਲਾਂਕਿ ਅਜੇ ਵੀ ਪਰਿਵਾਰ ਕਹਿ ਰਿਹਾ ਕਿ ਲਾਸਟ ਜਿਹੜਾ ਹੈ ਡਿਸੀਜਨ ਇਸ ਮਾਮਲੇ ਦੇ ਵਿੱਚ ਅੰਤਿਮ ਸੰਸਕਾਰ ਨੂੰ ਲੈ ਕੇ ਉਹ ਜਿਹੜੀ ਕਮੇਟੀ ਹੈ ਡੇਰੇ ਦੀ ਉਹ ਹੀ ਲਏਗੀ ਬਟ ਜੋ ਫਿਲਹਾਲ ਲੱਗ ਰਿਹਾ ਕਿ ਕੱਲ੍ਹ ਜਿਹੜਾ ਅੰਤਿਮ ਸੰਸਕਾਰ ਜਿਹੜਾ ਪ੍ਰਦੀਪ ਕੁਮਾਰ ਦਾ ਕਰ ਦਿੱਤਾ ਜਾਏਗਾ ਕੋਟਕਪੁਰਾ ਦੇ ਵਿੱਚ ਅਤੇ ਫਿਲਹਾਲ ਇਹ ਇੰਸੀਡੈਂਟ ਜਿਹੜਾ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਉਸਨੂੰ ਜ਼ਰੂਰ ਬਿਆਨ ਕਰਦਾ ਹੈ ਕਿ ਕਿੱਦਾਂ ਹਮਲਾਵਰ ਜਿਹੜੇ ਨੇ ਆਉਂਦੇ ਨੇ ਅਤੇ ਤਾਬੜਤੋੜ ਗੋਲੀਆਂ ਵਰਸਾਉਂਦੇ ਨੇ ਜਿਹੜੇ ਲੋਕ ਨੇ ਉਹਨਾਂ ਨੂੰ ਦਹਿਸ਼ਤ ਦੇ ਵਿੱਚ ਪਾ ਦਿੰਦੇ ਨੇ ਅਤੇ ਪ੍ਰਦੀਪ ਕੁਮਾਰ ਦਾ ਜਿਹੜਾ ਹੈ ਕਤਲ ਜਿਹੜਾ ਹੈ ਕਰ ਦਿੰਦੇ ਨੇ ਅਤੇ ਫਿਲਹਾਲ ਪੁਲਿਸ ਜਿਹੜੀ ਹੈ ਸਾਰੇ ਮਾਮਲੇ ਦੀ ਤਫਤੀਸ਼ ਜਿਹੜੀ ਹੈ ਕਰ ਰਹੀ ਹੈ। ਕੈਮਰਾ ਪਰਸਨ ਸੰਦੀਪ ਕਾਲਾ ਦੇ ਨਾਲ ਸਚਿਨ ਕੁਮਾਰ ਵੀ ਪਿਸਾਂਜਾ ਕੋਟਕਪੁਰਾ।